अज आपां इह पानी दी सारी चैकिंग कीती है जी, किहड़ा अपने वास्ते पीण वाला पानी ते किहड़ा अपने वास्ते बहुत ज्यादा खतरनाक पानी है। इहदे सारे इह सारा आपां लैवल चैक कीते है, किस तरह आपां चैक कीते है किहड़ा पानी लाल हो गया, किहड़ा पानी नीला वा, किहड़ा पानी जिहड़ा लाइट जिहा वा, इह आपां सारा अग्गे जाके वीडियो च तुहानूं दस्सदे हां। अज गल करांगे आपां पानी दे उत्ते ते आपां नूं किहड़ा पानी पीना चाहीदा, किहड़ा अपनी सेहत वास्ते पानी चंगा, उहदे बारे आपां गल करांगे। बाकी पानी दा आपां पीएच स्केल वी तुहानूं चैक करके दस्सांगे कि सब तों पहलां गल करदे हां जी आपां इह घड़े दी, अपनी जिहड़ी बॉडी नूं प्रॉब्लम्स जिहड़ियां आउंदियां ने उह घट आउणगीआं। चक्कणगे फ्रिज चों गट 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 करके पानी पी लैणगे, कई प्रॉब्लम्स आपां इकट्ठियां कर लैंदे हां कि निक्की जिही गलती करके, उह अपने शरीर वास्ते ठीक नहीं हैगी। ते आपां पित्तल ते तांबे नूं सिर्फ कली कर सकदे हां, जिहड़ा लोहा वा उहनूं आपां वैसे ही यूज़ करना, क्योंकि लोहे के तत्त तां वैसे अपने शरीर नूं चाहिए हुंदे, आयरन अपने शरीर नूं वैसे चाहिए हुंदा, इस करके लोहे के भांडे नूं तुसीं कली नहीं करना। हुण आपां तुहानूं सारी पानी की जानकारी दे दित्ती है, तुहानूं आपां दस दित्ता भी किहड़ा पानी अपनी सेहत वास्ते चंगा, किहड़ा नहीं चंगा, आपां नूं फिल्टर लवाउणा चाहीदा कि नहीं लवाउणा चाहीदा, किन्ने लैवल ते आपां नूं फिल्टर लवाउणा चाहीदा, घड़े दा पानी आपां नूं किस तरह यूज़ करना चाहीदा। ਗੱਲ ਵਸਤੇ ਆਦਾਬ, ਰਾਮ ਰਾਮ, ਜੈ ਮਾਤਾ ਦੀ, ਕੈਸੇ ਹੋ ਸਭ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਰੂਪ ਬਲੌਗਰ ਤੇ। ਤੋ ਫਰੈਂਡ ਅੱਜ ਗੱਲ ਕਰਾਂਗੇ ਆਪਾਂ ਪਾਣੀ ਦੇ ਉੱਤੇ, ਕਿਉਂਕਿ ਜਿਵੇਂ ਗਰਮੀ ਆ ਗਈਆਂ ਤੁਹਾਨੂੰ ਪਤਾ ਗਰਮੀਆਂ ਦੇ ਵਿੱਚ ਲੋਕੀ ਫਰਿੱਜ ਦੇ ਵਿੱਚ ਪਾਣੀ ਲਾਉਂਦੇ ਨੇ, ਤੇ ਜਿਹੜੇ ਲੋਕ ਫਿਲਟਰ ਦਾ ਪਾਣੀ ਪੀਂਦੇ ਨੇ ਉਹਨਾਂ ਬਾਰੇ ਵੀ ਆਪਾਂ ਸਾਰੀ ਗੱਲ ਕਰਾਂਗੇ ਕਿ ਆਪਾਂ ਨੂੰ ਕਿਹੜਾ ਪਾਣੀ ਪੀਣਾ ਚਾਹੀਦਾ, ਕਿਹੜਾ ਆਪਣੀ ਸਿਹਤ ਵਾਸਤੇ ਪਾਣੀ ਚੰਗਾ, ਉਹਦੇ ਬਾਰੇ ਆਪਾਂ ਗੱਲ ਕਰਾਂਗੇ। ਫਿਲਟਰ ਆਪਾਂ ਨੂੰ ਲਵਾਉਣਾ ਚਾਹੀਦਾ ਕਿ ਨਹੀਂ ਲਵਾਉਣਾ ਚਾਹੀਦਾ, ਉਹ ਵੀ ਆਪਾਂ ਗੱਲ ਕਰਾਂਗੇ। ਬਾਕੀ ਪਾਣੀ ਦਾ ਆਪਾਂ ਪੀਐਚ ਸਕੇਲ ਵੀ ਤੁਹਾਨੂੰ ਚੈੱਕ ਕਰਕੇ ਦੱਸਾਂਗੇ ਕਿ ਕਿਹੜਾ ਪਾਣੀ ਆਪਣੇ ਸਿਹਤ ਵਾਸਤੇ ਚੰਗਾ ਤੇ ਕਿਹੜਾ ਮਾੜਾ ਆਪਣੇ ਸਿਹਤ ਵਾਸਤੇ ਪਾਣੀ। ਬਾਕੀ ਪਾਣੀ ਦਾ ਆਪਾਂ TDS ਵੀ ਚੈੱਕ ਕਰਾਂਗੇ, ਆਪਣੇ ਕੋਲ TDS ਚੈੱਕ ਕਰਨ ਵਾਲਾ ਮੀਟਰ ਆ, ਤੇ ਨਾਲ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਘੜਾ ਵੀ ਪਿਆ ਮੇਰੇ ਕੋਲ, ਤੇ ਇਹ ਇੱਕ ਲਿਕੁਇਡ ਵੀ ਆਪਣੇ ਕੋਲ, ਇਹ ਹੈਗਾ ਜੀ ਪੀਐਚ ਸਕੇਲ, ਇਹਦਾ ਚ ਪਾਣੀ ਦਾ ਲੈਵਲ ਚੈੱਕ ਕਰਨ ਵਾਸਤੇ ਇਹ ਸਾਰਾ ਆਪਾਂ ਤੁਹਾਨੂੰ ਦੱਸਾਂਗੇ ਵੀ ਕਿਸ ਤਰ੍ਹਾਂ ਆਪਾਂ ਇਹਦਾ ਇਸਤੇਮਾਲ ਕਰ ਸਕਦੇ ਹਾਂ ਤੇ ਕਿਹੜਾ ਪਾਣੀ ਆਪਣੇ ਵਾਸਤੇ ਬੈਸਟ ਆ ਤੇ ਕਿਹੜਾ ਮਾੜਾ ਵਾ, ਉਹ ਸਾਰਾ ਆਪਾਂ ਘਰੇ ਚੈੱਕ ਕਰ ਸਕਦੇ ਹਾਂ, ਕਿਸੇ ਦੀ ਆਪਾਂ ਨੂੰ ਜ਼ਰੂਰਤ ਨਹੀਂ ਆ, ਤੇ ਕਿਹੜਾ ਆਪਾਂ ਨੂੰ ਪਾਣੀ ਪੀਣਾ ਚਾਹੀਦਾ ਇਹ ਵੀ ਆਪਾਂ ਤੁਹਾਨੂੰ ਦੱਸਾਂਗੇ। ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਆਪਾਂ ਇਹ ਘੜੇ ਦੀ, ਘੜੇ ਦਾ ਪਾਣੀ ਹੈ ਜਿਹੜਾ ਉਹ ਬੈਸਟ ਆ, ਜਿਹੜਾ ਸਦੀਆਂ ਤੋਂ ਹੀ ਬੈਸਟ ਮੰਨਿਆ ਜਾ ਰਿਹਾ, ਕਿਉਂਕਿ ਪਹਿਲਾਂ ਸਟਾਰਟਿੰਗ ਦੇ ਵਿੱਚ ਲੋਕ ਜਿਹੜੇ ਘੜਿਆਂ ਦੇ ਵਿੱਚ ਹੀ ਪਾਣੀ ਪੀਂਦੇ ਸੀਗੇ ਉਹ ਠੀਕ ਠਾਕ ਰਹਿੰਦੇ ਸੀ, ਕਿਉਂਕਿ ਜਿਹੜਾ ਘੜੇ ਦਾ ਪਾਣੀ ਹੈ, ਘੜਾ ਇੱਕ ਬਣਿਆ ਹੁੰਦਾ ਜੀ ਮਿੱਟੀ ਤੋਂ, ਮਿੱਟੀ ਨੂੰ ਕਿਵੇਂ ਗੋ ਗੋ ਕੇ ਬਣਾਇਆ ਹੁੰਦਾ ਘੁਮਿਆਰ ਨੇ, ਮਿੱਟੀ ਦੇ ਵਿੱਚ ਹੁੰਦਾ ਅਲਕਲਾਈਨ ਜ਼ਿਆਦੇ ਤੱਤ, ਤੇ ਉਹ ਜਦੋਂ ਪਾਣੀ ਉਹਦੇ ਨਾਲ ਟੱਚ ਹੁੰਦਾ ਮਿੱਟੀ ਦੇ ਨਾਲ, ਕੋਈ ਵੀ ਚੀਜ਼ ਹੈ ਨਾ, ਜੇ ਤੁਸੀਂ ਪਲਾਸਟਿਕ ਲੈ ਲਓ, ਲੋਹਾ ਲੈ ਲਓ, ਤਾਂਬਾ ਲੈ ਲਓ, ਉਹਨੇ ਪਾਣੀ ਦੇ ਵਿੱਚ ਆਪਣੀ ਜਿਹੜੇ ਤੱਤ ਛੱਡਣੇ ਹੀ ਛੱਡਣੇ ਨੇ, ਤੇ ਜਦੋਂ ਮਿੱਟੀ ਦੇ ਨਾਲ ਇਹ ਪਾਣੀ ਟੱਚ ਹੁੰਦਾ ਅਲਕਾਲਾਈਨ ਹੋਰ ਹੋ ਜਾਂਦਾ ਪਾਣੀ, ਯਾਨੀ ਕਿ ਆਪਣੇ ਸਰੀਰ ਨੂੰ ਅਲਕਾਲਾਈਨ ਚੀਜ਼ਾਂ ਚਾਹੀਦੀਆਂ ਜਿਹਦੇ ਨਾਲ ਆਪਣੇ ਸਰੀਰ ਦੇ ਅੰਦਰੋਂ ਸਾਫ਼ ਸਫਾਈ ਹੁੰਦੀ ਰਹੇ। ਤੇ ਬਾਕੀ ਜੇ ਆਪਣੇ ਸਰੀਰ ਦੇ ਵਿੱਚ ਅਲਕਾਲਾਈਨ ਪੂਰਾ ਵਾਲਾ ਤੇ ਆਪਣੀ ਜਿਹੜੀ ਬਾਡੀ ਨੂੰ ਪ੍ਰੋਬਲਮਸ ਜਿਹੜੀਆਂ ਆਉਂਦੀਆਂ ਨੇ ਉਹ ਘੱਟ ਆਉਣਗੀਆਂ, ਜਿਵੇਂ ਜਿਹੜੇ ਘੜੇ ਦਾ ਪਾਣੀ ਪੀਂਦੇ ਨੇ ਤੇ ਜਿਹੜੇ ਫਰਿੱਜ ਦਾ ਪਾਣੀ ਪੀਂਦੇ ਨੇ ਉਹਨਾਂ ਨੂੰ ਪ੍ਰੋਬਲਮ ਜ਼ਿਆਦਾ ਆਉਣਗੀਆਂ, ਘੜੇ ਦੇ ਪਾਣੀ ਪੀਣ ਵਾਲੇ ਨੂੰ ਪ੍ਰੋਬਲਮਸ ਘੱਟ ਆਉਣਗੀਆਂ, ਕਿਉਂਕਿ ਘੜੇ ਦਾ ਪਾਣੀ ਜਿਹੜਾ ਉਹ ਆਪਣੇ ਬਾਡੀ ਦੇ ਅਨੁਕੂਲ ਹੁੰਦਾ, ਜਿਵੇਂ ਆਪਣੇ ਬਾਡੀ ਦਾ ਤਾਪਮਾਨ ਹੈ ਨਾ ਉਹਦੇ ਅਨੁਕੂਲ ਆਪਣੇ ਘੜੇ ਦਾ ਪਾਣੀ ਹੁੰਦਾ, ਤੇ ਜਿਹੜਾ ਫਰਿੱਜ ਦਾ ਪਾਣੀ ਉਹ ਬਹੁਤ ਜ਼ਿਆਦਾ ਠੰਡਾ ਹੁੰਦਾ ਵਾ। ਕਈ ਲੋਕ ਕਰਦੇ ਨੇ ਜਿਵੇਂ ਬਾਹਰੋਂ ਗਰਮੀ ਦੇ ਵਿੱਚ ਆਏ ਆ, ਸਰੀਰ ਤਪਿਆ ਹੁੰਦਾ, ਪਿਆਸ ਤਾਂ ਪੂਰੀ ਲੱਗੀ ਹੁੰਦੀ, ਕਿਉਂਕਿ ਐਨਰਜੀ ਜਿਵੇਂ ਸੂਰਜ ਦੀ ਧੁੱਪ ਦੇ ਵਿੱਚ ਆਪਾਂ ਫਿਰਦੇ ਆ, ਐਨਰਜੀ ਵੀ ਡਾਊਨ ਹੁੰਦੀ ਆ, ਪਿਆਸ ਲੱਗੀ ਹੁੰਦੀ, ਜੀ ਕਰਦਾ ਅੰਦਰ ਜਾ ਕੇ ਨਾ ਠੰਡਾ ਪਾਣੀ ਪੀਏ, ਤੇ ਅੰਦਰ ਆਉਣਗੇ ਪਲਾਸਟਿਕ ਦੀ ਬੋਤਲ ਚੱਕਣਗੇ ਫਰਿੱਜ ਚੋਂ, ਗੜ 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 ਕਰਕੇ ਪਾਣੀ ਪੀ ਲੈਣਗੇ। ਉਹ ਜਿਹੜਾ ਪਾਣੀ ਆਪਾਂ ਪੀਤਾ ਉਹ ਪਾਣੀ ਨਹੀਂ ਪੀਤਾ, ਆਪਾਂ ਪਿਆਸ ਨਹੀਂ ਬੁਝਾਈ, ਆਪਣੀ ਆਪਣੇ ਅੰਦਰ ਆਪਾਂ ਬਿਮਾਰੀਆਂ ਸੁੱਟੀਆਂ, ਕਿਉਂਕਿ ਆਪਣਾ ਸਰੀਰ ਜਿਹੜੀ ਬਾਡੀ ਸੀ ਉਹ ਗਰਮ ਸੀਗੀ, ਪਾਣੀ ਉਹਦੇ ਵਿੱਚ ਆਪਾਂ ਐਂ ਪੂਰਾ ਠੰਡਾ ਪਾ ਦਿੱਤਾ। ਤੇ ਬਾਕੀ ਜਦੋਂ ਆਪਾਂ ਠੰਡਾ ਪਾਣੀ ਪੀਂਦੇ ਹਾਂ ਉਹਨੂੰ ਠੰਡੇ ਪਾਣੀ ਨੂੰ ਆਪਣੀ ਬਾਡੀ ਦੇ ਅਨੁਕੂਲ ਹੋਣ ਵਾਸਤੇ ਅੱਧਾ ਘੰਟਾ ਲੱਗ ਜਾਂਦਾ, ਤੇ ਫਿਰ ਆਪਣੀ ਬਾਡੀ ਦੀ ਜਿਹੜੀ ਪਿਆਸ ਮਿਟਦੀ, ਇਸ ਕਰਕੇ ਆਪਾਂ ਨੂੰ ਵਾਰ ਵਾਰ ਪਾਣੀ ਪੀਣਾ ਪੈਂਦਾ। ਤੇ ਜੇ ਉਸੇ ਤਰ੍ਹਾਂ ਤੁਸੀਂ ਬਾਹਰੋਂ ਧੁੱਪੋ ਆਓ ਤੇ ਉਦਾਂ ਹੀ ਤੁਹਾਨੂੰ ਪਿਆਸ ਲੱਗੀ ਆਵੇ, ਤੁਸੀਂ ਘੜੇ ਦਾ ਆ ਕੇ ਪਾਣੀ ਪੀਓਗੇ ਨਾ ਤੇ ਤੁਹਾਡੀ ਪਿਆਸ ਉਸੇ ਟਾਈਮ ਹੀ ਬੁੱਝ ਜਾਣੀ, ਤੁਸੀਂ 2 ਗਲਾਸ ਪੀ ਲਓਗੇ ਨਾ ਤਾਂ ਐਂ ਲੱਗੂਗਾ ਪੇਟ ਭਰਿਆ ਭਰਿਆ, ਵੀ ਪਿਆਸ ਵੀ ਉਸ ਵੇਲੇ ਮਿਟਾ ਦਿੰਦਾ, ਪ੍ਰੋਬਲਮ ਵੀ ਕੋਈ ਆਪਣੇ ਅੰਦਰ ਬਾਡੀ ਦੇ ਅੰਦਰ ਜਾ ਕੇ ਕ੍ਰੀਏਟ ਨਹੀਂ ਹੁੰਦੀ, ਕਿਉਂਕਿ ਜਦੋਂ ਆਪਾਂ ਠੰਡਾ ਪਾਣੀ ਪੀਂਦੇ ਹਾਂ ਨਾ ਤਾਂ ਆਪਣੇ ਪੇਟ ਦੀਆਂ ਪ੍ਰੋਬਲਮ ਵੀ ਕਈ ਹੁੰਦੀਆਂ, ਲੀਵਰ ਦੇ ਵਿੱਚ ਗੈਸ ਬਣਦੀ ਹੈ, ਜਦੋਂ ਆਪਾਂ ਇੱਕਦਮ ਠੰਡਾ ਪਾਣੀ ਅੰਦਰ ਸੁੱਟ ਲੈਂਦੇ ਨਾ ਤਾਂ ਹਵਾ ਜੀ ਭਰ ਜਾਂਦੀ, ਉਹਦੇ ਨਾਲ ਗੈਸ ਵੀ ਬਣਦੀ ਹੈ, ਲੀਵਰ ਦੀ ਪ੍ਰੋਬਲਮ, ਜਲਣ ਦੀ ਪ੍ਰੋਬਲਮ, ਕਈ ਪ੍ਰੋਬਲਮਸ ਆਪਾਂ ਇਕੱਠੀਆਂ ਕਰ ਲੈਂਦੇ ਹਾਂ ਕਿ ਨਿੱਕੀ ਜਿਹੀ ਗਲਤੀ ਕਰਕੇ ਵੀ ਠੰਡਾ ਪਾਣੀ ਫਰਿੱਜ ਦਾ ਆਪਾਂ ਪੀ ਕੇ। ਤੇ ਜੇ ਉਹੀ ਤੁਸੀਂ ਘੜੇ ਦਾ ਪਾਣੀ ਪੀਓਗੇ ਇਹਨੇ ਇਹੋ ਜਿਹੀ ਕੋਈ ਦਿੱਕਤ ਨਹੀਂ ਤੁਹਾਨੂੰ ਲੱਗਣ ਦੇਣੀ,
कोई प्रॉब्लम नहीं आनी, तुहाडे अंदर कोई गैस नहीं बननी हैगी, कोई जलन नहीं होगी। तो बाकी फ्रिज के पानी की एक होर प्रॉब्लम आ कि जो तुम वो ठंडा पानी पीने वे खंघ जुकाम गला कई दिक्कत आदि ने बच्चों ने आम या जो अजक मौसम आना देखो तो डॉक्टर दुकाना से किनिया लाइना लगिया होंगे जो सर्दी जाती है तो जो गर्मी आँदी है इदा यहोजी दिक्कतों से योजे टाइम से यह जी प्रॉब्लम ज्यादा आदि ने भी आप छेती हम बच्चे स्कूलों आगे कई आते हैं भज के जाके फ्रिज में पेंदे ने फ्रिज आप रखेंगे प्लास्टिक की बोतल वो भी सब तो ज्यादा खतरनाक है क्योंकि प्लास्टिक जी अंदर वो जो अपने तत् छड़ती है तुम्हें पता ही है भी प्लास्टिक के कोई भी चीज़ आप जी रख नहीं सकते वो अपने शरीर वास्ते ठीक नहीं हैगी। तो बच्चे जो पानी पीते हैं फिर गर्म गर्म आए बहरों अंदरों आके ठंडा पानी पी लिया तो वह खंघ जुकाम होने का भी बहुत खतरा रहा। उ बच्चों भी समझाओ तुम घड़े का पानी पियो क्योंकि साढ़े चार घर तो 5-6 साल ज़्यादा नहीं आप कहते 5-6 साल हो गए मैं कि मैं कभी फ्रिज का पानी पीता ही नहीं ना साड़ी फ्रिज के कोई पानी रखा आ मैं बर्फ भी नहीं रखती क्योंकि बच्चे जो गर्मी बाली होंगी ना फिर कह देंगे मम्मा ठंडा पानी घड़े का ही ठंडा पानी पियो क्योंकि बच्चे भी साढ़े जो घड़े का पानी पीते हैं जे उन्होंने कितने लगे तो कह देंगे मम्मा थोड़ी जी तो बर्फ बना के रखा करो चाहे कोई साढ़े घर जो कोई मेहमान आ जाता फिर असं उदो उस बर्फ का यूज करते नहीं तो अदरवाइज साड़ी फ्रिज के कोई बर्फ नहीं कोई पानी नहीं आप लाते ही नहीं प्लास्टिक की बोतल के पानी। तो हूँ जिमें तुम अजक माहौल चलो भी कॉपर चल गया अलूमीनियम दोतल हो गई फिर दूजिया प्लास्टिक दोतल हो गई उन्होंने चाहे कच्च दोतल हो गई इन बोतलों से तुम पानी भर के रख लोगे ना तो घड़े के मुताबिक कभी भी उन्ना ठंडा नहीं होंगे जेडे भी मर्जी भांडे पानी रख लो वो पानी ने गर्म ही होना तो घड़े ने जिन्ना चेर ये पानी पिया रहेगा अलका लैन भी होंगे रहना ठंडा भी रहना जी बाहरली सैड तुम देख सकते हो डार्क आ ज्यादा क्योंकि बाहरों जिन्ना चेर गिला रहेगा उन्ना चेर अंदरों जो पानी ठंडा रहना जे कितने धुप वाली सैड पर रख रहे हो भी जे कि धुप पैंती है तो तुम ये साइड से कपड़ा वलेट देना कई जगह से तुम देखा होगा भी इन्हों साइडा से कपड़ा रैड कलर का वलेटिया हों कई ने बोरिया जी बनी होंगे तो उत्तों थोड़ा थोड़ा उन्होंने आप गिला करके रखना होंगे तो मकसद यही हों कि जेडे अंदरों फ्रिज बनया रहे अंदरों जो पानी है बिल्कुल ठंडा रहे। बाकी घड़े न यूज करना भी आप दसते हैं भी जो लैके आना वा दुकाना तो अजक आम ही गर्मियों के फिर बहुत चल जाए पहला नहीं सी लोग सियाने क्योंकि लोग फ्रिजा ज़्यादा भजते हूँ लोग सियाने हो गए हैं हूँ घड़िया की ज़्यादा डिमांड हो गई है। तो जो तुम घड़ा खरीदना है खास तो ही ध्यान रखना भी एक तेन चेक करके लैके आना भी कच्चा है कि चाहे पक्का है जिमें ठोक के घुमार चेक कर देंगे ना इदा तुम आप भी चेक करना पीती आवाज़ किदा की आँदी है तो फिर तुम ये चेक करना कि घड़ा जोड़ा वह चूंदा तो नहीं जिमें उत्ते किसी वेल थोड़ी जी तेड़ आई होगी खास करके तो दुकानदार कहे कि मैडम ये उपर ही आड़ आई है बिचों नहीं हैगी आप पानी पा के चेक करके अजक रखे उन्हें पानी भी खोल रखे भी पानी पा के आप चेक करके विखा दें घड़े ने ध्यान रखियो तुम भी उस टाइम नहीं चोना तो क्योंकि मिट्टी का आंदा एक मिट्टी सुकी होंगी है मिट्टी ने अपने अंदर हौली हौली पानी पहला खिंचना फिर उस तो बाद जो मिट्टी पानी जो लैवल खत्म हो गया खिंचन तो बाद फिर वो बाहर सिमना शुरू हो जाता फिर वो तेड़ दे विचों दी पानी आना उस टाइम नहीं गए घड़ा चाहता तुम ये खास ध्यान रखना भी जो तेड़ आई हो घड़े दे विच वो तुम लैके नहीं आना घड़ा चंगी तरह चेक मुड़ के चेक करके लैके आ के बाद चंगी तरह वॉश करना क्योंकि जिम्मे तुम पता स्वाद में पकया हों कई थान थान पर रखे होंगे उन्होंने घट्टा भी बहुत ये होंगे डस्ट बहुत होंगी है यू चंकी तरह तुम घर लिया के 2-3 पानी इनू वॉश करके फिर पहले दिन तुम इनू पानी भर के रख दो फिर दूसरे दिन तुम इनू यूज करना ये जो घड़ा तुम भरोंगे उदो तुम बस इन थोड़ा जहा धो के हाथ नहीं मारना नहीं तो पुरानी बीबिया जिम्मे कहती होंगे भी इनू चंकी तरह जिम्मे हाथ मार दिए तो पानी ठंडा नहीं रहा कईयों की यह दिक्कत आँदी है कि मैडम साढ़े घड़िया का पानी जो ठंडा नहीं रहा तुम ये हाथ नहीं मारना डेली डेली यदा जो पानी है वो तुम बदलना तो फिर देखो घड़े ताड़े का पानी फ्रिज नो भी ठंडा होगा तो साफ सुथरा तुम ये पानी रखना तो खास करके उत्तों तुम ढक के रखना चाहे तो ये इदा का ढक्कन लैके आना जे नहीं तुम लैके आए ये ढक्कन तो फिर तुम घरों भी अपना कोई यूज कर सकते हो उपरों खास ध्यान रखना भी ढक के रखना भी कोई ये कीड़ा मक्खी कोई मच्छर वगैरह ये ना जाए क्योंकि वो आप जी आप फायदा लेना घड़े के पानी का वो अपना नुकसान भी हो सकता जो ये कीड़ा मकौड़ा कोई चले गया तो फिर जे ये आप यूज़ करना जो पानी का तो वो सीधा आप हाथ पा के पानी नहीं कढ़ना कई लोग करते गिलास पर ए कढ़ लिया कोई नहीं पुरानी बीबिया ए करके ना साइड न करके फिर कढ़ दी होंगे तो तुम ए करना जिमें अपने आप चाह पाने वाली होंगी ना डोरी जिन्होंने बोलते साढ़े पंजाबी कोई कड़छी कोई डोरी तो अजक तो चले हुए हैं गिलास जनू ए लगा हों वो ए करके पानी यदा कढ़ सकते हो
ਤੇ ਪਾਣੀ ਕੱਢਣਾ ਜਦੋਂ ਤੁਸੀਂ ਉਦੋਂ ਵੀ ਇਹਨੂੰ ਤੁਸੀਂ ਵਾਸ਼ ਕਰਨਾ ਕਿਉਂਕਿ ਇਹਨੂੰ ਆਪਾਂ ਬਾਹਰ ਰੱਖਿਆ ਹੁੰਦਾ ਬਾਹਰ ਦੇਖੋ ਕਿਤੇ ਵੀ ਚਾਹੇ ਨਿੱਕੀ ਜਿਹੀ ਝੀਤ ਹੋਵੇ ਤਾਂ ਵੀ ਡਸਟ ਜਿਹੜੀ ਉੱਡ ਕੇ ਜਾਂਦੀ ਜਾਂਦੀ ਆ ਇਸ ਕਰਕੇ ਜਦੋਂ ਵੀ ਤੁਸੀਂ ਕੋਈ ਗਲਾਸ ਕੋਈ ਏਦਾਂ ਦੀ ਕੋਈ ਚੀਜ਼ ਯੂਜ਼ ਕਰ ਰਹੇ ਹੋ ਜਾਂ ਤੁਸੀਂ ਆਪਣੇ ਹੱਥ ਯੂਜ਼ ਕਰ ਰਹੇ ਹੋ ਤੇ ਉਦੋਂ ਤੁਸੀਂ ਇਹਦੇ ਵਿੱਚ ਚੰਗੀ ਤਰ੍ਹਾਂ ਪਹਿਲਾਂ ਨਲ ਦੇ ਉੱਤੇ ਧੋ ਕੇ ਉਹਨੂੰ ਤੇ ਫਿਰ ਤੁਸੀਂ ਯੂਜ਼ ਕਰਨਾ। ਬਾਕੀ ਜਿਹੜਾ ਘੜਾ ਤੁਸੀਂ ਲੈ ਕੇ ਆਉਣਾ ਤੁਸੀਂ ਇਦਾਂ ਦਾ ਗੋਲ ਘੜਾ ਹੀ ਲੈ ਕੇ ਆਉਣਾ। ਅੱਜ ਕੱਲ ਜਿਵੇਂ ਟੂਟੀਆਂ ਵਾਲੇ ਚੱਲ ਗਏ ਆ ਉਹ ਘੜੇ ਨਹੀਂ ਠੀਕ ਹੁੰਦੇ, ਉਹ ਨਹੀਂ ਤੁਸੀਂ ਲੈ ਕੇ ਆਉਣਾ ਜਿਹਨੂੰ ਉਹ ਪਹਿਲਾਂ ਤੋੜ ਲੈਂਦੇ ਨੇ ਘੜੇ ਨੂੰ, ਕਿਉਂਕਿ ਪੁਰਾਣੀਆਂ ਬੀਬੀਆਂ ਤਾਂ ਕਹਿੰਦੀਆਂ ਹੁੰਦੀਆਂ ਟੁੱਟਾ ਭਾਂਡਾ ਜਿਹੜਾ ਘਰੇ ਨਹੀਂ ਰੱਖਣਾ ਚੰਗਾ ਨਹੀਂ ਹੁੰਦਾ। ਤੇ ਵੈਸੇ ਵੀ ਉਹ ਟੂਟੀ ਵਾਲਾ ਘੜਾ ਨਹੀਂ ਚੰਗਾ ਹੁੰਦਾ ਕਿਉਂਕਿ ਟੂਟੀ ਵਿੱਚੋਂ ਆਪਾਂ ਚੰਗੀ ਤਰ੍ਹਾਂ ਸਾਫ਼ ਨਹੀਂ ਕਰ ਸਕਦੇ, ਉਹਦੇ ਵਿੱਚ ਵੀ ਜਰਮਸ ਪੈਂਦੇ ਆ, ਫਿਰ ਉਹ ਵੀ ਪਲਾਸਟਿਕ ਦੀ ਲੱਗੀ ਹੁੰਦੀ ਆ। ਇਸ ਕਰਕੇ ਤੁਸੀਂ ਗੋਲ ਘੜਾ ਲੈ ਕੇ ਆਉਣਾ। ਕੋਈ ਵੀ ਭਾਂਡਾ ਤੁਸੀਂ ਦੇਖਿਓ ਪਾਣੀ ਪਾਉਣ ਵਾਲਾ ਗੋਲ ਹੀ ਹੋਊਗਾ, ਕਿਉਂਕਿ ਕਹਿੰਦੇ ਪਾਣੀ ਦੀ ਨੇਚਰ ਜਿਹੜੀ ਉਹ ਡਿਸਟਾਈਂਗ ਹੁੰਦੀ ਆ, ਉਹਨੂੰ ਆਪਾਂ ਸ਼ਾਂਤ ਕਰਨ ਵਾਸਤੇ ਕਿਸੇ ਗੋਲ ਭਾਂਡੇ 'ਚ ਪਾ ਕੇ ਰੱਖਦੇ ਹਾਂ। ਕੋਈ ਵੀ ਘੜਾ ਵਾ ਚਾਹੇ ਲੈ ਲਓ, ਚਾਹੇ ਚਾਟੀ ਲੈ ਲਓ, ਚਾਹੇ ਕੋਈ ਕੁੱਜਾ ਛੋਟਾ ਜਿਹਾ ਵੀ ਲੈ ਲਓ, ਸਾਰੇ ਗੋਲ ਹੀ ਬਣੇ ਹੁੰਦੇ ਨੇ। ਉਹ ਪਾਣੀ ਦੇ ਜਿਹੜਾ ਵਾ ਨੇਚਰ ਜਿਹੜਾ ਵਾ ਉਹਦਾ ਸ਼ਾਂਤ ਕਰਨ ਵਾਸਤੇ ਵੀ ਐਂ ਸ਼ਾਂਤ ਹੋ ਜਾਏ ਪਾਣੀ, ਕਿਉਂਕਿ ਜਿਵੇਂ ਤੁਸੀਂ ਕਹਿੰਦੇ ਨਾ ਵੀ ਅੱਗ ਲੱਗ ਜੇ ਤੇ ਅੱਗ ਨੂੰ ਕੰਟਰੋਲ ਆਪਾਂ ਕਰ ਸਕਦੇ ਹਾਂ, ਜੇ ਪਾਣੀ ਆ ਜਾਏ ਤੇ ਫਿਰ ਉਹਦਾ ਕੰਟਰੋਲ ਕਰਨਾ ਬਹੁਤ ਔਖਾ ਹੋ ਜਾਂਦਾ ਕਿਉਂਕਿ ਡਿਸਟਾਈਂਗ ਨੇਚਰ ਦਾ ਹੁੰਦਾ ਵਾ ਪਾਣੀ। ਜੇ ਪਾਣੀ ਤੁਸੀਂ ਸਿੱਧਾ ਜਿਵੇਂ ਨਲ ਤੋਂ ਯੂਜ਼ ਕਰ ਰਹੇ, ਜਿਵੇਂ ਨਲਕੇ ਜਿਹੜੇ ਪੰਜਾਬੀ 'ਚ ਪਹਿਲਾਂ ਆਪਾਂ ਬੋਲ ਸਕਦੇ ਹਾਂ, ਜਿਹੜੇ ਪਹਿਲਾਂ ਨਲਕੇ ਹੁੰਦੇ ਸੀਗਾ ਉਹਦਾ ਤੁਸੀਂ ਸਿੱਧਾ ਪਾਣੀ ਭਰ ਕੇ ਇੱਦਾਂ ਪੀ ਸਕਦੇ ਹੋ। ਜੇ ਤੁਹਾਡੇ ਘਰੇ ਟੂਟੀ ਕੋਈ ਇਹੋ ਜਿਹੀ ਲੱਗੀ ਹੈ ਵੀ ਜਿਹਦੇ ਕਹਿੰਦੇ ਵੀ, ਮੈਂ ਵੀ ਸੁਣਿਆ ਵੀ 50 ਵਾਲ ਜਿਹਦੇ ਮਰ ਕੇ ਆਵੇ ਨਾ ਪਾਣੀ ਪੀਆ, ਕਦੀ ਆਹ ਮੁੜ ਪੈ ਗਿਆ ਕਦੀ ਆਹ ਮੁੜ ਪੈ ਗਿਆ, ਉਹ ਜਿਹੜਾ ਪਾਣੀ ਤੁਸੀਂ ਸਿੱਧਾ ਟੂਟੀ ਤੋਂ ਭਰ ਕੇ ਨਹੀਂ ਪੀ ਸਕਦੇ। ਜੇ ਤੁਹਾਡੀ ਮਜਬੂਰੀ ਹੈ ਤੇ ਉਹਨੂੰ ਗਲਾਸ 'ਚ ਪਹਿਲਾਂ ਭਰ ਕੇ ਤੇ ਉਹਨੂੰ ਸ਼ਾਂਤ ਕਰ ਲਓ, ਯਾਨੀ ਕਿ ਉਹਦਾ ਨੇਚਰ ਜਿਹੜਾ ਵਾ ਸ਼ਾਂਤ ਕਰ ਲਓ, ਫਿਰ ਉਹਨੂੰ ਪ੍ਰਣਾਮ ਕਰਕੇ ਤੇ ਉਹ ਪਾਣੀ ਤੁਸੀਂ ਪੀ ਸਕਦੇ। ਤੇ ਇਹ ਤੇ ਹੋ ਗਈ ਜੀ ਸਾਰੀ ਘੜੇ ਦੀ ਗੱਲ, ਜਿਹੜੀ ਆਪਾਂ ਤੁਹਾਨੂੰ ਦੱਸਿਆ ਵੀ ਘੜਾ ਤੁਸੀਂ ਲੈ ਕੇ ਆਓ, ਜ਼ਰੂਰ ਤੁਸੀਂ ਇਹਦਾ ਪਾਣੀ ਯੂਜ਼ ਕਰੋ ਜੇ ਤੁਸੀਂ ਫਰਿੱਜ ਦਾ ਯੂਜ਼ ਕਰਦੇ ਹੋ ਅਜੇ ਤੱਕ, ਤੇ ਇੱਕ ਵਾਰੀ ਐਰਕੀ ਸਾਲ ਜਿਹੜਾ ਤੁਸੀਂ ਐਰਕੀ ਗਰਮੀਆਂ ਗਰਮੀਆਂ ਘੜੇ ਦਾ ਪਾਣੀ ਪੀ ਕੇ ਦੇਖਿਓ, ਤੁਹਾਨੂੰ ਕਈ ਪ੍ਰੋਬਲਮ ਤੋਂ ਛੁਟਕਾਰਾ ਮਿਲ ਜਾਣਾ। ਬਾਕੀ ਪਾਣੀ ਵੀ ਬਹੁਤ ਟੇਸਟੀ ਤੁਹਾਨੂੰ ਲੱਗਣਾ, ਕਿਤੋਂ ਦਾ ਵੀ ਕੋਈ ਵੀ ਪਾਣੀ ਤੁਸੀਂ ਇਹਦੇ ਵਿੱਚ ਪਾ ਦਿਓ, ਇਹਨੇ ਆਪਣੇ ਆਪ ਹੀ ਉਹਨੂੰ ਪਾਣੀ ਨੂੰ ਸਾਫ਼ ਵੀ ਕਰ ਦਿੰਦਾ, ਅਲਕਾਲਾਈਨ ਕਰ ਦਿੰਦਾ। ਜਦੋਂ ਆਪਣੀ ਬੋਡੀ ਦੇ ਵਿੱਚ ਅਲਕਾਲਾਈਨ ਪੂਰਾ ਹੋਊਗਾ ਤੇ ਫਿਰ ਜਿਵੇਂ ਕਹਾਵਤ ਹੈਗੀ ਨਾ, ਸੱਪ ਵੀ ਡੰਗ ਮਾਰੇ ਤੇ ਨਹੀਂ ਬੰਦਾ ਮਰਦਾ ਹੈਗਾ, ਤੇ ਤੁਸੀਂ ਬੋਡੀ ਦਾ ਅਲਕਾਲਾਈਨ ਪੂਰਾ ਕਰਨ ਵਾਸਤੇ ਘੜੇ ਦਾ ਪਾਣੀ ਹੀ ਯੂਜ਼ ਕਰੋ। ਹੁਣ ਆਪਾਂ ਤੁਹਾਨੂੰ ਦੱਸਦੇ ਵੀ ਤੁਹਾਡੇ ਸਾਹਮਣੇ 3 ਪਾਣੀ ਲਏ ਨੇ, ਇਹ ਤੇ ਹੈਗਾ ਜੀ ਫਿਲਟਰ ਦਾ, ਤੇ ਇਹੀ ਪਾਣੀ ਜਿਹੜਾ ਸਿੱਧੀ ਟੂਟੀ ਦਾ ਆਪਾਂ ਘੜੇ ਦੇ ਵਿੱਚ ਰਾਤ ਦਾ ਭਰ ਕੇ ਰੱਖਿਆ, ਉਹ 12 ਘੰਟੇ ਹੋ ਗਏ, ਜੋ ਆਪਾਂ ਤੁਹਾਨੂੰ ਦੱਸਦੇ ਹਾਂ ਵੀ ਇਹਦੇ 'ਚ ਕੀ ਫਰਕ ਆ ਤੇ ਇਹ ਸਿੱਧੇ ਪਾਣੀ ਦੇ ਵਿੱਚ ਕੀ ਫਰਕ ਆ। ਪਾਣੀ ਸੇਮ ਹੀ ਨੇ ਦੋਵੇਂ, ਇਹ ਗਲਾਸ ਦੇ ਵਿੱਚ ਆਪਾਂ ਭਰਿਆ ਵਾ ਤਾਜ਼ਾ ਪਾਣੀ, ਤੇ ਇਹ ਜਿਹੜਾ 12 ਘੰਟੇ ਹੋ ਗਏ ਆਪਾਂ ਘੜੇ ਦੇ ਵਿੱਚ ਭਰ ਕੇ ਰੱਖਿਆ, ਤੇ ਇਹ ਹੈਗਾ ਜੀ ਫਿਲਟਰ ਪਾਣੀ। ਆਪਾਂ ਇਹਦਾ ਤੁਹਾਨੂੰ TDS ਚੈੱਕ ਕਰਕੇ ਵਿਖਾਉਂਦੇ ਹਾਂ। ਸਭ ਤੋਂ ਪਹਿਲਾਂ ਪਾਉਂਦੇ ਆਪਾਂ Please tell me that I can't, that I won't, that I fail, that I'll never make it out, yeah. Please tell me all the bad, never good, fill my head full of every single doubt, yeah. Please say any negative thoughts, I pop off when I hear people say I cannot. I get off to the thought of proving everyone wrong, I won't stop to the top, so you better back off or get lost. I'ma stay loud, stay proud, never running out, never heading south. I'll be spreading out, call it word of mouth, can't put me down, I'll be getting loud. You can have it doubts, not what I'm about, have your f***ing loud. It be raining now, I keep making sound, go another round, bitch I'm legend bound, can't stop me now. You don't wanna f*** with me. I slow burn like a disease. Just tell me that I can and I'll show you things that you couldn't believe. Just tell me that. ਤੇ ਇਹਦਾ ਹੈਗਾ ਜੀ 233। ਇਹਨਾਂ ਦਾ ਸਾਰਿਆਂ ਦਾ ਆਪਾਂ TDS ਚੈੱਕ ਕਰ ਲਿਆ ਜੀ। ਇਹ 500 ਤੋਂ ਲੈਵਲ ਜਿਹੜਾ ਥੱਲੇ ਹੀ ਆ, 500 ਦਾ ਜਿਹੜਾ ਉੱਪਰ ਹੋਵੇ ਫਿਰ ਆਪਾਂ ਨੂੰ ਫਿਲਟਰ ਦੀ ਲਾਉਣ ਦੀ ਜ਼ਰੂਰਤ ਪੈਂਦੀ ਹੈ, ਨਹੀਂ ਤੇ 500 ਤੋਂ ਥੱਲੇ ਜਿਹੜੇ ਲੈਵਲ ਆ ਉਹ ਆਪਾਂ ਵੈਸੇ ਪਾਣੀ ਪੀ ਸਕਦੇ ਹਾਂ, ਜਿਵੇਂ ਆਪਣਾ ਨਲਕੇ ਦਾ ਹੋ ਗਿਆ ਪਾਣੀ, ਚਾਹੇ ਆਪਣੀ ਟੂਟੀ ਦਾ ਹੋ ਗਿਆ। ਜਿਵੇਂ ਆਪਾਂ ਤੁਹਾਨੂੰ ਦੱਸਿਆ ਸਾਡੀ ਕਲੋਨੀ ਦਾ ਬੋਰ ਜਿਹੜਾ ਉਹ ਬਹੁਤ ਵੱਡਾ ਉਹਨਾਂ ਨੇ ਕਰਾਇਆ, ਇਹ ਪਾਣੀ ਸਿੱਧਾ ਉੱਚ ਆਉਂਦਾ ਤੇ ਘੜੇ ਨਾਲੋਂ ਇਹਦਾ ਥੋੜ੍ਹਾ ਫਰਕ ਪੈਂਦਾ ਵਾ। ਜਿਹੜਾ ਇਹ 200 ਵਾਲੀ ਲੈਣ 'ਚ ਆ ਜਾਂਦਾ ਘੜੇ ਦਾ, ਇਹਨਾਂ ਵੀ ਜਿਹੜਾ ਜ਼ਿਆਦਾ ਜਿਹੜਾ ਫਰਕ ਪੈ ਜਾਂਦਾ ਵਾ ਜਦੋਂ ਹਲਕਾ ਲੈਣ ਹੋ ਜਾਂਦਾ ਪਾਣੀ। ਤੇ ਜਿਹੜਾ ਇਹ ਫਿਲਟਰ ਵਾਲਾ ਪਾਣੀ ਹੈ ਜੀ, ਇਹਦੇ ਵੀ ਜਿਹੜੇ ਤੱਤ ਜਿਹੜੇ ਮਰ ਜਾਂਦੇ ਨੇ। ਆਪਾਂ ਖਾਸ ਕਰਕੇ ਤੁਹਾਨੂੰ ਇਹ ਵੀ ਦੱਸਾਂਗੇ ਵੀ ਆਪਾਂ ਨੂੰ ਫਿਲਟਰ ਲਵਾਉਣਾ ਚਾਹੀਦਾ ਕਿ ਨਹੀਂ ਲਵਾਉਣਾ ਚਾਹੀਦਾ, ਵੀ ਇਹ ਜਿਹੜੇ ਫਿਲਟਰ ਆਪਾਂ ਲਵਾਉਂਦੇ ਹਾਂ ਨਾ, ਇਹ ਜਿਹੜੇ ਤੱਤ ਜਿਹੜੇ ਪਾਣੀ ਦੇ ਵਿੱਚ ਮਰ ਜਾਂਦੇ। ਅੱਜ ਕੱਲ੍ਹ ਬਹੁਤ ਲੋਕੀ ਸਿਆਣੇ ਨੇ, ਗੋਡਿਆਂ ਦੀ ਦਰਦਾਂ ਜਿਵੇਂ ਜੋੜਾਂ ਦੇ ਦਰਦ, ਉਹਨਾਂ ਨੂੰ ਲੋਕਾਂ ਨੂੰ ਪਤਾ ਲੱਗਦਾ ਵੀ ਅਸੀਂ ਇਹ ਪਾਣੀ ਦੇ ਵਿੱਚ ਵੀ ਜਿਹੜੇ ਕੱਖ ਨਹੀਂ ਪੀ ਰਹੇ, ਜਿਹੜਾ ਪਾਣੀ ਪੀ ਰਹੇ ਨਾ ਆਪਾਂ ਫਿਲਟਰ ਕਰਕੇ, ਉਹਦੇ ਵਿੱਚ ਕੁਛ ਨਹੀਂ ਬਚਦਾ ਬਾਅਦ 'ਚ। ਜੇ ਤੁਸੀਂ ਮਜਬੂਰੀ ਹੈ ਤੁਹਾਨੂੰ ਵੀ ਤੁਸੀਂ ਫਿਲਟਰ ਲਵਾਉਣਾ ਹੀ ਲਵਾਉਣਾ ਵਾ, ਤੇ ਤੁਸੀਂ ਫਿਲਟਰ ਲਵਾ ਕੇ ਉਸ ਤੋਂ ਬਾਅਦ ਤੁਸੀਂ ਘੜਾ ਰੱਖੋ। ਫਿਲਟਰ ਜਦੋਂ ਪਾਣੀ ਹੋ ਜਾਂਦਾ ਤੁਹਾਡਾ, ਕੇਵਲੇ ਕਈ ਜਗ੍ਹਾ ਤੇ ਹੁੰਦਾ ਨਾ ਵੀ TDS ਵੀ ਜ਼ਿਆਦਾ ਹੁੰਦਾ, 500 ਦੇ ਉੱਪਰ ਲੈਵਲ ਦਾ ਹੁੰਦਾ, ਮਜਬੂਰੀ ਹੁੰਦੀ ਹੈ ਵੀ ਫਿਲਟਰ ਲਵਾਉਣਾ ਹੀ ਪੈਂਦਾ, ਤੇ ਫਿਰ ਤੁਸੀਂ ਫਿਲਟਰ ਲਵਾ ਕੇ ਬਾਅਦ 'ਚ ਜਦੋਂ ਪਾਣੀ ਫਿਲਟਰ ਹੋ ਜਾਂਦਾ ਫਿਰ ਤੁਸੀਂ ਘੜੇ ਦੇ ਵਿੱਚ ਭਰ ਲਓ। ਉਹਨੇ ਫਿਰ ਜਿਹੜੇ ਉਹ ਜਿਹੜੇ ਤੱਤ ਇਹਦੇ ਮਰੇ ਹੁੰਦੇ ਆ ਨਾ, ਉਹ ਅਲਕਾ ਲੈਣ ਦੇ ਨਾਲ ਫਿਰ ਜਿਹੜਾ ਉਹ ਠੀਕ ਹੋ ਜਾਂਦਾ ਪਾਣੀ,
ਜਿਹੜੇ ਤੁਹਾਨੂੰ ਪੂਰੇ ਬੋਡੀ ਦੇ ਤੱਤ ਮਿਲ ਜਾਂਦੇ। ਇਸ ਕਰਕੇ ਤੁਸੀਂ ਜੇ ਮਜਬੂਰੀ ਹੈ ਤੁਹਾਡੀ ਫਿਲਟਰ ਲਵਾਉਣ ਦੀ ਤੇ ਤੁਸੀਂ ਕੜਾ ਜ਼ਰੂਰ ਨਾਲ ਰੱਖੋ ਜੀ, ਉਹਦੇ ਨਾਲ ਤੁਸੀਂ ਘੜੇ ਦੇ ਵਿੱਚ ਪਾਣੀ ਭਰ ਕੇ ਤੁਸੀਂ ਪੀ ਸਕਦੇ ਹੋ। ਫਿਰ ਆਪਾਂ ਤੁਹਾਨੂੰ ਦੁਬਾਰਾ ਫਿਰ ਇਹੀ ਦੱਸਦੇ ਹਾਂ ਵੀ ਜੇ ਮੀਟਰ ਦੇ ਨਾਲ ਤੁਸੀਂ ਪਾਣੀ ਚੈੱਕ ਕਰ ਲੈਣਾ ਆਪ ਤੁਸੀਂ ਕਰ ਸਕਦੇ ਹੋ, ਕੋਈ ਜ਼ਿਆਦਾ ਮਹਿੰਗੀ ਚੀਜ਼ ਨਹੀਂ ਹੈ। ਨਹੀਂ ਤੇ ਜੇ ਤੁਸੀਂ ਫਿਲਟਰ ਵਾਲੇ ਤੋਂ ਵੀ ਕਰਵਾ ਸਕਦੇ ਹੋ, ਜੇ ਤੁਹਾਡਾ TDS ਲੈਵਲ ਜਿਹੜਾ 500 ਤੋਂ ਥੱਲੇ ਹੈ ਤੇ ਫਿਰ ਤੁਸੀਂ ਫਿਲਟਰ ਲਵਾਉਣ ਦੀ ਕੋਈ ਐਵੇਂ ਵੀ ਮਸ਼ਕਤ ਨਾ ਕਰੋ ਜੀ। ਤੇ ਜੇ ਤੁਹਾਡਾ TDS 500 ਤੋਂ ਉੱਤੇ ਤਾਂ ਫਿਰ ਤੁਸੀਂ ਫਿਲਟਰ ਲਵਾਉਣਾ। ਹੁਣ ਤੁਹਾਨੂੰ ਆਪਾਂ ਚੈੱਕ ਕਰਕੇ ਵਿਖਾਉਂਦੇ ਹਾਂ ਇਹਦਾ PH ਲੈਵਲ, ਜਿਹੜਾ ਤਿੰਨਾਂ ਪਾਣੀਆਂ ਦਾ ਜਿਹੜਾ PH ਲੈਵਲ ਆਪਾਂ ਤੁਹਾਨੂੰ ਚੈੱਕ ਕਰਕੇ ਵਿਖਾਉਂਦੇ ਹਾਂ। ਹੁਣ ਆਪਾਂ ਸਭ ਤੋਂ ਪਹਿਲਾਂ ਟੂਟੇ ਵਾਲੇ ਪਾਣੀ 'ਚ 10 ਬੂੰਦਾਂ ਪਾਉਂਦੇ ਹਾਂ। ਇਹ ਦੇਖੋ ਬੂੰਦਾਂ ਪਾਉਂਦੇ ਸਾਰ ਹੀ ਨਾਲ ਹੀ ਇਹਦਾ ਕਲਰ ਚੇਂਜ ਹੋ ਗਿਆ। ਹੁਣ ਇਹ ਜਿਹੜਾ ਫਿਲਟਰ ਪਾਣੀ ਹੈ ਇਹਦੇ ਵਿੱਚ ਆਪਾਂ 10 ਬੂੰਦਾਂ ਪਾ ਦਿੰਦੇ ਹਾਂ। ਦੇਖੋ ਇਹਦਾ ਕਲਰ ਦੇਖੋ। ਹੁਣ ਆਪਾਂ ਪਾਵਾਂਗੇ ਕੜੇ ਵਾਲੇ ਦੇ ਵਿੱਚ 10 ਬੂੰਦਾਂ। ਤੇ ਦੇਖੋ ਦਵਾਈ ਦਾ ਜਿਹੜੀ ਬੂੰਦ ਡਿੱਗਦੀ ਪਈ ਹੈ, ਤੁਸੀਂ ਦੇਖ ਸਕਦੇ ਹੋ ਇਹਦਾ ਕਲਰ ਜਿਹੜਾ ਲਾਲ ਹੀ ਹੈ ਤੇ ਇਹਨੇ ਸਾਰੇ ਪਾਣੀਆਂ ਦਾ ਕਲਰ ਜਿਹੜਾ ਵੱਖਰਾ ਵੱਖਰਾ ਚੇਂਜ ਕੀਤਾ। ਇੱਕੋ ਹੀ ਇਹ ਲਿਕੁਇਡ ਆ ਜਿਹੜਾ 5-10-20 ਰੁਪਏ ਦਾ, ਵੱਧ ਤੋਂ ਵੱਧ ਕੋਈ ਤੁਹਾਡੇ ਨਾਲ ਕਰ ਲੂਗਾ ਇਹ ਰਫੇਰੀ ਤੇ 20 ਰੁਪਏ ਦਾ ਦੇ ਦੂਗਾ। ਬਸ ਇੱਕੋ ਹੀ ਜਿਹੜਾ ਲਿਕੁਇਡ ਆਉਂਦਾ ਇਹ ਆਪਣੇ ਸਾਰੇ ਪਾਣੀ ਦੀ ਪਛਾਣ ਕਰਾ ਦਿੰਦਾ ਕਿ ਆਪਣਾ ਪਾਣੀ ਚੰਗਾ ਕਿਹੜਾ ਤੇ ਮਾੜਾ ਕਿਹੜਾ। ਹੁਣ ਆਪਾਂ ਤੁਹਾਨੂੰ ਲੈਵਲ ਦੱਸਦੇ ਹਾਂ ਵੀ ਇੱਥੋਂ ਤੱਕ ਆਪਾਂ ਜਿਹੜਾ 5 ਤੱਕ, ਜਿਹੜਾ 6 ਤੱਕ ਆਪਾਂ ਬਿਲਕੁਲ ਨਹੀਂ ਪੀ ਸਕਦੇ। ਜਿਵੇਂ 7 ਤੋਂ ਅੱਗੇ ਆਪਾਂ ਸ਼ੁਰੂ, ਦੇਖੋ ਇਹਦਾ ਜਿਹੜਾ ਕਲਰ ਆ ਥੋੜ੍ਹਾ ਜਿਹਾ ਇੱਦਾਂ 8 ਵਾਲਾ ਹੋ ਰਿਹਾ ਨਾ, 8HPA ਦੇ ਵਿੱਚ ਇਹ ਆਪਾਂ ਪਾਣੀ ਜਿਹੜਾ ਪੀ ਸਕਦੇ ਹਾਂ। ਜਿਵੇਂ ਆਪਾਂ ਤੁਹਾਨੂੰ ਦੱਸਿਆ ਵੀ ਟੂਟੀ ਦਾ ਸਿੱਧਾ ਪਾਣੀ ਇਹ ਪੀ ਸਕਦੇ ਹਾਂ, ਪਰ ਇਹਨੂੰ ਵੀ ਜਿਵੇਂ ਆਪਾਂ ਤਾਂ ਦੱਸਿਆ ਵੀ ਭਰ ਕੇ ਰੱਖਣਾ ਪੈਣਾ। ਹੁਣ ਅੱਗੇ ਆਪਾਂ ਫਿਲਟਰ ਦਾ ਚੈੱਕ ਕਰਦੇ ਹਾਂ ਜੀ। ਇਹ ਦੇਖੋ ਫਿਲਟਰ ਦਾ ਜਿਹੜਾ ਕਲਰ ਵੈਸੇ ਹੀ ਤੁਹਾਨੂੰ ਦਿਸ ਰਿਹਾ ਵੀ ਫਿਲਟਰ ਦਾ ਜਿਹੜਾ ਹੈਗਾ 5PH, ਇਹ ਆਪਾਂ ਨੂੰ 7 ਤੱਕ ਪੀਣਾ ਚਾਹੀਦਾ ਤੇ ਪਰ ਇਹ ਹੈਗਾ ਜੀ 5। ਇਹ ਦੇਖੋ ਤੁਸੀਂ ਦੇਖ ਸਕਦੇ ਹੋ ਇਹਦਾ ਕਲਰ ਜਿਹੜਾ ਰੈੱਡ ਰੈੱਡ ਹੋ ਗਿਆ। ਇਹ ਦੇਖੋ ਜੀ ਇਹ ਜਿਹੜਾ ਘੜੇ ਦਾ ਪਾਣੀ ਹੈ, ਤੁਸੀਂ ਲੈਵਲ ਆਪਣੇ ਆਪ ਹੀ ਤੁਸੀਂ ਦੇਖ ਲਿਆ ਵੀ ਇਹਨਾਂ ਦੇ ਕਿਵੇਂ ਮੈਚ ਹੁੰਦੇ ਨੇ। ਬਾਕੀ ਜ਼ਿਆਦਾ ਵੱਡਾ ਡਿਫਰੈਂਟ ਇਹ ਦੇਖੋ ਤੁਸੀਂ ਇਹ ਪਾਣੀ ਦਾ ਕਿੰਨਾ ਡਿਫਰੈਂਟ ਆ। ਇਹ ਜਿਹੜਾ ਫਿਲਟਰ ਵਾਲਾ ਪਾਣੀ ਆ ਤੇ ਇਹ ਹੈਗਾ ਜੀ ਪਾਣੀ ਆਪਣੇ ਜਿਹੜੇ ਪੀਣ ਵਾਲਾ ਘੜੇ ਵਾਲਾ, ਤੇ ਆਹ ਹੈਗਾ ਸਿੱਧਾ ਟੂਟੀ ਤੋਂ ਪਾਣੀ। ਇਹੀ ਆ ਵੀ ਇਹ ਜਿਹੜੀ ਖਤਰਨਾਕ ਚੀਜ਼ ਆਪਾਂ ਫਿਲਟਰ ਕਰ ਕਰਕੇ ਪਾਣੀ ਜਿਹੜਾ ਆਪਾਂ ਪੀ ਰਹੇ ਹਾਂ, ਫਿਲਟਰ ਕੀਤਾ ਹੋਇਆ ਤੇ ਰਿਫਾਈਂਡ ਵੀ, ਜਿਵੇਂ ਉਹਨੂੰ ਰਿਫਾਈਂਡ ਨੂੰ ਬਾਰ ਬਾਰ ਫਿਲਟਰ ਹੀ ਕਰਦੇ ਆ, ਉਹਨੂੰ ਕੀ ਕਰ ਦਿੰਦੇ ਹੌਲਾ ਕਰ ਦਿੰਦੇ, ਉਹ 'ਚ ਸਾਰੇ ਤੱਤ ਮਾਰ ਦਿੰਦੇ ਆ। ਉਹੋ ਜਿਹਾ ਤਾਂ ਤੇਲ ਵੀ ਆਪਾਂ ਨੂੰ ਯੂਜ਼ ਕਰਨ ਨੂੰ ਆਪਾਂ ਮਨਾ ਕਰਦੇ ਹਾਂ ਵੀ ਜਿਹੜਾ ਫਿਲਟਰ ਕੀਤਾ ਹੋਇਆ ਕੋਈ ਵੀ ਤੇਲ ਆ ਚਾਹੇ ਰਿਫਾਈਂਡ ਆ ਉਹ ਤੁਸੀਂ ਯੂਜ਼ ਨਹੀਂ ਕਰਨਾ। ਤੇ ਇਹ ਜਿਹੜਾ ਜੀ ਫਿਲਟਰ ਉਹਨਾਂ ਦੇ ਲੱਗੇ ਨੂੰ, ਜਿਵੇਂ ਤੁਸੀਂ ਦੇਖਿਆ ਵੀ ਅਸੀਂ ਗੁਆਂਢੀਆਂ ਦੇ ਘਰੋਂ ਫਿਲਟਰ ਤੋਂ ਪਾਣੀ ਲੈ ਕੇ ਆਏ ਹਾਂ, ਇਹ ਫਿਲਟਰ ਲੱਗੇ ਨੂੰ ਵੀ ਕਾਫੀ ਦੇ ਚਿਰ ਹੋ ਗਏ, ਉਹਨਾਂ ਦੇ 2-3 ਸਾਲ ਹੋ ਗਏ ਆ। ਜੇ ਤੁਹਾਡਾ ਨਵਾਂ ਫਿਲਟਰ ਹੋਊਗਾ ਨਾ ਫਿਰ ਇਸ ਕਲਰ ਦਾ ਪਾਣੀ ਹੋਊਗਾ, ਕਿਉਂਕਿ ਫਿਰ ਜਮਾਂ ਹੀ ਉਹ ਜਿਹੜਾ ਨਵਾਂ ਫਿਲਟਰ ਉਹ ਜਮਾਂ ਹੀ ਤੱਤ ਮਾਰ ਦਿੰਦਾ ਪਾਣੀ ਦੇ। ਅਜੇ ਵੀ ਇਹ ਥੋੜ੍ਹਾ ਜਿਹਾ ਉਹਨਾਂ ਦੇ ਪੀਣ ਲਾਇਕ ਹੈਗਾ ਵਿਚਾਰਿਆਂ ਦੇ, ਤੇ ਪਰ ਚਲੋ ਆਪਾਂ ਨਹੀਂ ਕਹਿੰਦੇ ਜਿਹੜੇ ਲੋਕੀ ਪੀਂਦੇ ਵੀ ਉਹਨਾਂ ਨੂੰ ਆਪਾਂ ਹਟਾ ਨਹੀਂ ਸਕਦੇ, ਆਪਾਂ ਸਿਰਫ ਤੁਹਾਨੂੰ ਦੱਸਣਾ ਜ਼ਰੂਰੀ ਸਮਝਦੇ ਹਾਂ। ਤੇ ਤੁਸੀਂ ਇਹ ਕੋਈ ਜ਼ਿਆਦਾ ਖਾਸ ਮਹਿੰਗੀ ਚੀਜ਼ ਨਹੀਂ ਆਉਂਦੀ, 5-10 ਰੁਪਏ ਦੀ ਸਾਰੀ ਚੀਜ਼ ਆਉਂਦੀ ਆ। ਤੁਸੀਂ ਲਿਆ ਕੇ PH ਸਕੇਲ ਤੁਸੀਂ ਬੋਲਣਾ ਜਾ ਕੇ ਤੁਸੀਂ ਲਿਆ ਕੇ ਇਹਨੂੰ ਤੇ ਆਪਣੇ ਖੁਦ ਹੀ ਘਰੇ ਜਿਹੜਾ ਫਿਲਟਰ ਦਾ ਪਾਣੀ ਚੈੱਕ ਕਰਕੇ ਵੇਖ ਸਕਦੇ ਹੋ। ਕਿਉਂਕਿ ਪਹਿਲਾਂ ਮੀਟਰ ਜਿਹੜੇ ਚੱਲੇ ਸੀ ਨਾ ਉਹ ਵੀ ਜਿਵੇਂ ਕੰਪਨੀ ਕੁਛ ਚੀਜ਼ ਉਹਨੇ ਵੇਚਣੀ ਹੈ ਨਾ ਤੇ ਉਹਨੇ ਉਹਨੂੰ ਅੱਗੇ ਵਧਾਉਣ ਵਾਸਤੇ ਕੋਈ ਇਹੋ ਜਿਹੀ ਚੀਜ਼ ਬਣਾਈ ਹੁੰਦੀ ਹੈ। ਜਿਨ੍ਹਾਂ ਨੇ ਫਿਲਟਰ ਲਾਉਣੇ ਹੁੰਦੇ ਨਾ ਉਹਨਾਂ ਕੋਲ ਮੀਟਰ ਹੁੰਦਾ, ਉਹ ਤੁਹਾਨੂੰ ਪਾਣੀ ਦੇ ਵਿੱਚ ਐਂ ਵਿਖਾ ਦੇਣਗੇ ਦੇਖੋ ਜੀ ਕਿੰਨੀ ਗੰਦਗੀ, ਉਹ ਪਾਣੀ ਦੇ ਹੀ ਤੱਤ ਮਾਰ ਕੇ ਜਿਹੜੇ ਉਹੋ ਜਿਹੀ ਚੀਜ਼ ਜਿਹੜੀ ਬਣ ਜਾਂਦੀ ਹੈ ਜਿਹੜੇ ਤੁਹਾਨੂੰ ਲੱਗਦੇ ਵੀ ਇਹ ਗੰਦਗੀ ਆ, ਤੇ ਆਪਾਂ ਨੂੰ ਫਿਲਟਰ ਲਵਾਉਣਾ ਚਾਹੀਦਾ। ਫਿਲਟਰ ਜੇ ਲਵਾਉਣ ਵਾਸਤੇ ਤੁਹਾਨੂੰ ਆਪਾਂ ਦੱਸਿਆ ਵੀ TDS ਜਿਹੜਾ ਉਹ ਚੈੱਕ ਕਰਾਉਣੇ ਚਾਹੀਦੇ ਪਹਿਲਾਂ ਆਪਣੇ ਪਾਣੀ ਦੇ ਕਿੰਨੇ TDS ਆ, ਵੀ ਆਪਾਂ ਨੂੰ ਫਿਲਟਰ ਲਵਾਉਣ ਦੀ ਜ਼ਰੂਰਤ ਆ ਕਿ ਨਹੀਂ ਜ਼ਰੂਰਤ। ਤੇ ਜਿਵੇਂ ਅੱਜ ਕੱਲ੍ਹ ਨਵੇਂ ਫਿਲਟਰ ਚੱਲ ਗਏ ਨੇ, ਲੋਕ ਕਹਿ ਦਿੰਦੇ ਅਸੀਂ ਜੀ ਇਹ ਪਲਾਸਟਿਕ ਵਾਲੇ ਨਹੀਂ ਲਵਾਏ, ਅਸੀਂ ਕਾਪਰ ਵਾਲੇ ਲਵਾਏ ਆ, ਵੀ ਅੰਦਰ ਉਹਦੇ ਵਿੱਚ ਜਿਹੜੇ ਫਿਲਟਰ ਆ ਉਹ ਕਾਪਰ ਦੇ ਆ। ਇੱਕ ਅਫਵਾਹ ਉੱਡੀ ਜਿਵੇਂ YouTube ਦੇ ਵਿੱਚ ਵੀ ਕਾਪਰ, ਜਿਵੇਂ ਤੁਸੀਂ ਘੜੇ ਦੇ ਵਿੱਚ ਗਲਾਸ ਪਾ ਕੇ ਰੱਖ ਦਿਓ ਪਾਣੀ ਤੇ ਉਹਦੇ ਨਾਲ ਜਿਹੜਾ ਪਾਣੀ ਜਿਹੜਾ ਤੁਹਾਡਾ ਵਧੀਆ ਹੋ ਜਾਂਦਾ। ਦੇਖੋ ਉਹ ਵੀ ਇੱਕ ਟਾਈਮ ਹੁੰਦਾ, ਆਪਾਂ ਜਿਹੜੀ ਸਹੀ ਚੀਜ਼ ਨੂੰ ਜੇ ਸਹੀ ਤਰੀਕੇ ਨਾਲ ਕਰਾਂਗੇ ਨਾ, ਸਹੀ ਟਾਈਮ ਤੇ ਕਰਾਂਗੇ ਤੇ ਉਹ ਆਪਣੇ ਤੇ ਫਾਇਦਾ ਕਰੂਗੀ। ਜੇ ਉਹ ਚੀਜ਼ ਨੂੰ ਅਸੀਂ ਗਲਤ ਤਰੀਕੇ ਦੇ ਨਾਲ ਕਰਦੇ ਰਵਾਂਗੇ ਤੇ ਫਿਰ ਜਿਵੇਂ ਤਾਰਾਂ ਜਿਹੜੇ ਗਲਤ ਜੋੜ ਦਾਂਗੇ ਤੇ ਕਰੰਟ ਆਪਾਂ ਨੂੰ ਹੀ ਪੈਣਾ, ਜੇ ਉਹਨੂੰ ਸਹੀ ਜੋੜ ਜੋੜਾਂਗੇ ਤੇ ਆਪਣੀ ਚੀਜ਼ ਵੀ ਵਧੀਆ ਚੱਲੂਗੀ। ਤੇ ਇਹਦੇ ਇਹ ਸਾਲ ਦੇ ਵਿੱਚ 4 ਵਾਰੀ ਤਰੀਕੇ ਦੇ ਬਦਲੇ ਜਾਂਦੇ ਨੇ ਵੀ ਕਿਹੜੀ 4 ਮਹੀਨੇ 3 ਮਹੀਨੇ ਕਿਹੜਾ ਪਾਣੀ ਪੀਣਾ, ਫਿਰ ਉਸ ਤੋਂ ਬਾਅਦ ਫਿਰ ਬਦਲਣਾ। ਪੂਰੇ ਸਾਲ ਦੇ ਵਿੱਚ 4 ਵਾਰੀ ਇਹਦੀ ਅੰਦਰਲੀ ਚੀਜ਼ ਜਿਹੜੀ ਚੇਂਜ ਕੀਤੀ ਜਾਂਦੀ ਆ ਵੀ ਕਦੀ ਸੋਨਾ ਪਾਉਣਾ ਇਹਦੇ ਵਿੱਚ, ਹੋਲੀਆਂ ਤੱਕ ਕਿਹੜੀ ਚੀਜ਼ ਪਾਉਣੀ, ਇਹ ਸਾਰੀ ਵੀਡੀਓ ਆਪਾਂ ਬਾਅਦ 'ਚ ਬਣਾਵਾਂਗੇ। ਅੱਜ ਆਪਾਂ ਗੱਲ ਕਰ ਰਹੇ ਹਾਂ ਵੀ ਪਾਣੀ ਕਿ ਆਪਾਂ ਨੂੰ ਪੀਣਾ ਕਿਹੜਾ ਚਾਹੀਦਾ, ਪਾਣੀ ਆਪਾਂ ਨੂੰ ਸਾਰੀ ਮੁੱਕਦੀ ਗੱਲ ਆ, ਕੋਈ ਫਿਲਟਰ ਨਹੀਂ ਜੀ,
कोई एहो जी चीज की जरूरत ही नहीं तुहानू पैनी जे तुसी घड़ा लै आओगे ते एक सस्ती जी चीज है नाले तो उन्होंने फायदा तो नाले आपां नू फायदा नाले खर्चा अपना घटता है जी। देखो फ्रिज चलाने आपां सारी दिहाड़ी पानी चलो फ्रिज होर चीजां नू भी चाहीदी है पर जिहड़े पानी की लागत बड़ी हुंदी है लड़ाइयां भी आम ही घरां च पै जांदियां तूं बोतल वेली कीती ओह कहिंदा तूं कीती है इदां ये प्रॉब्लम जिहड़ी चलदी रहिंदी है ते इहो जी प्रॉब्लम दे नाल ही अपने अंदर जिहड़ी प्रॉब्लम बनदी जदों आपां ठंडा पानी पीने इस करके आपां तुहानूं इही रिक्वेस्ट करांगे ते इही आपां सलाह देवांगे भी तुसीं इह कड़ा ही यूज करो यार कि गर्मियां जिन्होंने नहीं किया करके जरूर देखो जो बहुत ज़्यादा टेस्टी पानी होंगे तो तुम भुल जाओगे अगले साल फ्रिज के बोतल रखनी भी साढ़े घर बोतल ही नहीं लभदी जो कोई मंगे ना साढ़े को प्लास्टिक की बोतल कोई रिश्तेदार भी आता फिर अभी पानी लैके जाना नहीं जी साढ़े घर तो है ही नहीं बोतल ही नहीं हैगी ना फ्रिज लाई है ना वैसे रखी है कभी कोई आप बोतल जी बच्चों वास्ते आप स्कूल वास्ते लैके आने वो मजबूरी अपनी बच्चे क्योंकि छोटे बच्चे ने अजे कि आप वधिया उन्होंने बोतल लैके दे दिए बच्चे उत्तर छड आते चलो जी थोड़ी सस्ती होंगी गवाच भी जाए तो कोई गल नहीं है पर भी आप वधिया सैलो वगैरह की ले दी है भी जी फूड ग्रेड जो प्लास्टिक होने भी मजबूरी आप सिर्फ ठंडा पानी पाना हों बाकी जी गर्म चीज है प्लास्टिक के आप यूज़ नहीं करते हो तुम सारी मेरी वीडियो देखते हो तो हम आप सारी तुम पानी की जानकारी दे दीती है घड़े दे भी आप दस दिता भी इनू किमें यूज़ करना वा किमें नहीं यूज़ करना इनू आप तौड़ी बारे भी आप दसिया कई बीबिया फिर भी कह दें मैडम सानू पता नहीं लगा भी तौड़ी आप कि इस्तेमाल करनी है चाहे साड़ी तौड़ी के किरक आँदी है चाहे साड़ी तौड़ी जी टुट गई है चाहे तिड़क जाती है वो सारा आप पहला दसिया हो मेरे चैनल पर जाके वेख सकते हो कि तौड़िया आप किमें यूज़ करनिया ने एक अपन कमेंट आया आप थोड़े दिन हो गए वीडियो पाई सी पित्तल के भांडे कली करन दी तो कमेंट आया कि मैडम लोहे के भांडे भी कली कर सकते प्लीज़ तुम जी सारी वीडियो ध्यान ना देखा करो आप दसिया कि कड़ा आप लैके आना चाहिए किदमें यदि साफ सफाई रखनी आप सारा तुम दस दिता हूँ तुम मैं कमेंट करके दस्यो कि तुम अजे पानी से सारी जानकारी देने वाली वीडियो किदा की लगी जो वीडियो चंगी लगी तो लाइक से शेयर दब के कर दौ जे ऑलरेडी मैंने कमेंट करते हैं बड़े प्यारे प्यारे जी उन्होंने सारे का हाथ जोड़ के धन्यवाद जी तो जे माड़े करते हैं उन्होंने भी धन्यवाद जी तुम वीडियो वेख के चलो भावें देखा भावें नहीं वेख्या वीडियो में चंगी तरह पर कमेंट तुम मैंने किया चलो ताकि सोच है जिदा का तुम मैंने कमेंट कर दिता बाकी हुण इत्थे आपां वीडियो तां करदे जी एंड ते घड़े दा पानी पी के गर्मियां गर्मियां करदे इंजॉय मिलदे नेक्स्ट वीडियो तद तक लई बाय। Let's go. Yeah. I'm like an addict, do I gotta have it? I ain't even playing, got a really bad habit. If it moves, gotta grab it. Fuse like a magnet, lose, won't have it till I'm doomed in a casket. I ain't playing, got a weird mind. If you work 8 hours, I'ma work 9. If the shoot